ਖਬਰ ਹੁਸ਼ਿਆਰਪੁਰ ਤੋਂ ਹੈ, ਜਿੱਥੇ ਕਿ BSP ਨੇਤਾ ਅਤੇ ਪਿੰਡ ਡਡਿਆਣਾ ਕਲਾਂ ਦੇ ਮੌਜੂਦਾ ਸਰਪੰਚ ਦੀ ਕਾਰਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਅਕਤੀ ਦੀ ਪਹਿਚਾਣ ਸੰਦੀਪ ਕੁਮਾਰ ਚੀਨਾ ਵਾਸੀ ਡਡਿਆਣਾ ਕਲਾਂ ਵਜੋਂ ਹੋਈ ਹੈ। ਉਕਤ ਵਾਰਦਾਤ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਅਤੇ ਦਲਿਤ ਸਮਾਜ ਵੱਲੋਂ ਹੰਗਾਮਾ ਕੀਤਾ ਗਿਆ, ਉੱਥੇ ਹੀ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਸਮਾਂ ਰਹਿੰਦੇ ਹੀ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਹਾਲਾਤ ਗੰਭੀਰ ਹੋਣਗੇ। ਉੱਧਰ ਪੁਲਿਸ ਦੁਆਰਾ ਮ੍ਰਿਤਕ ਸਰਪੰਚ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜ ਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਤਲ ਦੀ ਅਸਲ ਵਜ੍ਹਾ ਕੀ ਹੈ, ਫਿਲਹਾਲ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ। ਢਡਿਆਣਾ ਕਲਾਂ ਦੇ ਆ, ਠਾਣਾ ਹਰਿਆਣੇ 'ਚ ਪੈਂਦਾ, ਉਹਨਾਂ ਦੀ ਟਾਈਲ ਫੈਕਟਰੀ ਹੈਗੀ ਆ ਸੜਕ ਅੱਡੇ ਦੇ ਵਿੱਚ, ਉੱਥੇ ਸੀਗੇ ਹਾਜ਼ਰ ਅਤੇ ਇਹਨਾਂ ਨਾਲ ਹੋਰ ਵਰਕਰ ਵੀ ਸੀਗੇ, ਇਹਨਾਂ ਦੇ ਸਰਪੰਚ ਸਾਹਿਬ ਵੀ ਸੀਗੇ ਨਾਲ, ਇੱਕ ਹੋਰ ਸਤਬੀਰ ਜੀ, ਉਹ ਤਿੰਨ ਮੁੰਡੇ ਆਏ ਮੋਟਰਸਾਈਕਲ ਦੇ, ਕਹਿੰਦੇ ਇਹਨਾਂ ਨੇ ਸ਼ੂਟ ਕਰਕੇ ਗੋਲੀਆਂ ਮਾਰ ਗਏ ਔਰ ਇਹਨਾਂ KDM ਹੋਸਪਿਟਲ ਲਿਆਂਦਾ ਫਿਰ ਫਸਟ ਏਡ ਵਾਸਤੇ, ਪਰ ਇਹਨਾਂ ਦੀ ਡੈਥ ਹੋ ਚੁੱਕੀ ਹੈ। ਇਹ ਅਲੈਜ ਕਰ ਰਹੇ ਆ, ਦੱਸ ਰਹੇ ਨਾ ਇਹਨਾਂ ਦੇ, ਅਸੀਂ ਕਰ ਰਹੀ ਛਾਪੇਮਾਰੀ ਕਰ ਰਹੀ ਹੈ ਪੁਲਿਸ ਨੂੰ ਅਰੈਸਟ ਕਰਨ ਵਾਸਤੇ ਤਾਂ ਕਿ ਵੈਰੀਫਾਈ ਕੀਤਾ ਜਾਵੇ ਕੀ ਮਸਲਾ ਕੀ ਸੀ, ਕਿਉਂ ਮਾਰੀ ਗਈ। ਨਹੀਂ ਕੋਈ ਇੱਦਾਂ ਦੀ ਗੱਲ ਨਹੀਂ, ਮੈਂ ਵੀ ਰੂਟੀਨ 'ਚ ਮਿਲਦਾ ਰਹਿੰਦਾ ਸੀ ਇਹਨਾਂ ਨੂੰ, ਕਦੀ ਇੱਦਾਂ ਦੀ ਗੱਲ ਨਹੀਂ ਕੀਤੀ ਇਹਨਾਂ ਨੇ, ਜਿਹੜੇ ਆਉਂਦਾ ਜਾਂਦਾ ਰਹਿੰਦਾ ਸੀ, ਮੈਂ ਵੀ ਜਾਂਦਾ ਰਹਿੰਦਾ ਸੀ ਟਾਈਲ ਫੈਕਟਰੀ 'ਤੇ, ਦੋ ਤਿੰਨ ਵਾਰੀ ਮੈਂ ਵਿਜ਼ਿਟ ਕਰਦਾ ਰਿਹਾ ਔਰ ਉੱਦਾਂ ਹੀ ਵੈਸੇ ਵੀ ਸਰਪੰਚ ਹੋਣ ਦੇ ਨਾਤੇ ਇਹਨਾਂ ਨਾਲ ਅਸੀਂ ਮੇਲ ਮਿਲਾਪ ਕਰਦੇ ਰਹੇ, ਕੋਈ ਕਦੀ ਕੋਈ ਇਹਨਾਂ ਨੇ ਗੱਲ ਨਹੀਂ ਕੀਤੀ। ਫਰਦਰ ਐਸ ਲਈ ਕੀ ਕਰਦੇ ਕੀਤੀ? ਹਾਂ ਛਾਪੇਮਾਰੀ ਕਰ ਰਹੇ ਹਾਂ ਜੀ ਅਸੀਂ, ਬਾਕੀ ਤਫਤੀਸ਼ ਕਰ ਰਹੇ ਹਾਂ, ਜਿਹੜੀ ਹੈਗੀ ਇਹਨਾਂ ਦੀ ਜੋ ਪਰਚਾ ਦਰਜ ਕਰਕੇ ਬਿਆਨ ਦੇ। ਗੋਲੀਆਂ ਪਤਾ ਕਿੰਨੇ ਰਾਉਂਡ ਚੱਲੇ ਤੇ? 3 ਤੋਂ 4 ਕਹਿ ਰਹੇ ਨੇ, ਬਾਕੀ ਦੇਖ ਲੈਂਦੇ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਣਾ ਕਿੰਨੀ ਹੈ। ਉੱਧਰ ਇਸ ਵਾਰਦਾਤ ਤੋਂ ਬਾਅਦ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦਲਿਤ ਸਮਾਜ ਅਤੇ ਬਸਪਾ ਪਾਰਟੀ ਵੱਲੋਂ ਹੁਸ਼ਿਆਰਪੁਰ ਦੇ ਬਾਜ਼ਾਰਾਂ ਨੂੰ ਪੂਰਨ ਤੌਰ 'ਤੇ ਬੰਦ ਕਰਵਾਇਆ ਗਿਆ। ਇਸ ਦੌਰਾਨ ਆਗੂਆਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਅਗਰ ਸ਼ਾਮ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ ਅਤੇ ਪੂਰਾ ਪੰਜਾਬ ਬੰਦ ਕਰਵਾਇਆ ਜਾਵੇਗਾ।